ਕਾਲ ਆਈ ਆ ਕਿ ਤੁਸੀਂ ਮਤਲਬ ਐਨੀ ਤਰੀਕ ਦਾ ਤੁਹਾਡਾ ਸ਼ੋਅ ਹੈ, ਮੈਂ ਬੁੱਕ ਕਰ ਲਿਆ, ਮੈਂ ਲਿਖ ਲਈ ਡੇਟ। ਕੋਈ ਬੈਣੀਪਾਲ ਡੀਜੇ ਆ, ਉਹਨਾਂ ਦੇ ਡੀਜੇ 'ਤੇ ਮੈਂ ਪਰਫੋਰਮ ਕਰ ਰਹੀ ਸੀਗੀ। ਲਾਸਟ ਦੇ ਵਿੱਚ ਲੋਕਾਂ ਨੇ ਇਹ ਗੱਲ ਕਹੀ ਆ, ਤੁਸੀਂ ਨੀਚੇ ਆ ਕੇ ਨੀਚੇ ਆ ਕੇ ਪਰਫੋਰਮ ਕਰੋ। ਮੈਂ ਕਿਹਾ ਕਿ ਦੇਖੋ, ਮੈਂ ਨੀਚੇ ਆ ਕੇ ਪਰਫੋਰਮ ਨਹੀਂ ਕਰਦੀ, ਲੇਡੀਜ਼ ਮੈਨੂੰ ਬੁਲਾਉਂਦੀਆਂ ਤਾਂ ਮੈਂ ਨੀਚੇ ਚਲ ਜਾਂਦੀ ਹੁੰਦੀ ਹਾਂ, ਅਤੇ ਜੈਂਟਸ ਤੁਸੀਂ ਸਾਰਿਆਂ ਨੇ ਡਰਿੰਕ ਕੀਤੀ ਹੋਈ ਹੈ, ਮੈਂ ਨੀਚੇ ਨਹੀਂ ਜਾਣਾ। ਅਤੇ ਮੈਂ ਕਿਹਾ ਕਿ ਮੈਂ ਨਹੀਂ ਜਾਣਾ। ਉਹ ਕਹਿੰਦੇ ਕਿ ਚੱਲ ਜੇ ਨਹੀਂ ਆਉਣਾ ਨਾ, ਪਰੇ ਹੋ ਤੂੰ, ਇੱਦਾਂ ਕਹਿੰਦੇ ਮੈਨੂੰ ਸਟੇਜ ਤੋਂ ਪਰੇ ਹੋ। ਉਸ ਤੋਂ ਬਾਅਦ ਉਹਨੇ ਲਿਆ ਕੇ ਮੇਰੇ ਗਲਾਸ ਮਾਰਿਆ, ਪੈਸੇ ਫੇਂਕ ਕੇ ਵੀ ਮੇਰੇ ਇਵੇਂ ਮਾਰਿਆ ਲਾਸਟ 'ਤੇ। ਉਹ ਕਹਿੰਦੇ ਕਿ ਅਸੀਂ ਤੁਹਾਨੂੰ ਖਰੀਦ ਲਿਆ ਜਿਵੇਂ, ਹੈ ਨਾ, ਠੀਕ ਆ। ਇਹ ਕੇਸ ਮੇਰੀ ਸੈਲਫ ਰਿਸਪੈਕਟਲੀ ਮੈਂ ਉਹਦੇ 'ਤੇ ਕਰਨਾ ਆ ਕਿ ਤੂੰ ਮੈਨੂੰ ਕਹਿੰਦਾ ਜਾ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਇੱਕ ਸਟੇਜ ਆਰਟਿਸਟ ਨਾਲ ਜਿਹੜੀ ਇਹ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਉਸ ਤੋਂ ਬਾਅਦ ਉਸ 'ਤੇ ਗਲਾਸ ਸਿੱਟਿਆ ਜਾ ਰਿਹਾ। ਉਸ ਆਰਟਿਸਟ ਵੱਲੋਂ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇਹ ਉੱਥੇ ਗਾਲਾਂ ਕੱਢੀਆਂ ਜਾ ਰਹੀਆਂ। ਇਸ ਨੂੰ ਲੈ ਕੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਸਾਡੇ ਨਾਲ ਜਿਹੜੀ ਆਰਟਿਸਟ ਆ ਜਿਹੜੀ ਇਹ ਉਹਨਾਂ ਨਾਲ ਗੱਲ ਕਰਾਂਗੇ ਕਿ ਸਾਰਾ ਮਾਮਲਾ ਸੀ, ਕਿੱਥੇ ਦੀ ਇਹ ਘਟਨਾ ਹੈਗੀ, ਕੀ ਕਹਿਣਾ ਚਾਹੁੰਦੇ ਜੀ? ਇਹ ਘਟਨਾ ਸੀਗੀ ਸਮਰਾਲੇ ਦੀ, ਅਤੇ ਮੈਨੂੰ ਜਿਨ੍ਹਾਂ ਨੇ ਬੁੱਕ ਕੀਤਾ ਸੀ, ਮੈਨੂੰ ਇੱਕ ਕਾਲ ਆਈ ਆ ਕਿ ਤੁਸੀਂ ਮਤਲਬ ਐਨੀ ਤਰੀਕ ਦਾ ਤੁਹਾਡਾ ਸ਼ੋਅ ਹੈ, ਮੈਂ ਬੁੱਕ ਕਰ ਲਿਆ, ਮੈਂ ਲਿਖ ਲਈ ਡੇਟ। ਫਿਰ ਮੈਨੂੰ ਅੱਗੇ ਕੋਈ ਬੈਣੀਪਾਲ ਡੀਜੇ ਆ, ਉਹਨਾਂ ਦੇ ਡੀਜੇ 'ਤੇ ਮੈਂ ਪਰਫੋਰਮ ਕਰ ਰਹੀ ਸੀਗੀ। ਪਰਫੋਰਮ ਕਰਦੀ ਸਾਰੀ ਪਰਫੋਰਮ ਅੱਛੀ ਵਧੀਆ, ਜਿਵੇਂ ਰੈਗੂਲਰੀ ਸਾਡੀ ਵਧੀਆ ਹੋ ਜਾਂਦੀ, ਕੰਪਲੀਟ ਹੋ ਗਈ ਸੀਗੀ। ਲਾਸਟ ਦੇ ਵਿੱਚ ਲੋਕਾਂ ਨੇ ਇਹ ਗੱਲ ਕਹੀ ਆ, ਜਿਹੜੇ ਸਾਹਮਣੇ ਖੜੇ ਸੀਗੇ, ਕਿਉਂਕਿ ਉਹਨਾਂ ਨੂੰ ਅਸੀਂ ਜਾਣਦੇ ਨਹੀਂ ਓਬਵੀਅਸਲੀ, ਆਈ ਸੇ ਲੋਕ, ਅਤੇ ਉਹ ਜਿਹੜੇ ਖੜੇ ਸੀਗੇ ਅਤੇ ਉਹ ਕਹਿੰਦੇ ਆ ਕਿ ਤੁਸੀਂ ਨੀਚੇ ਆ ਕੇ ਨੀਚੇ ਆ ਕੇ ਪਰਫੋਰਮ ਕਰੋ। ਮੈਂ ਕਿਹਾ ਕਿ ਦੇਖੋ, ਮੈਂ ਨੀਚੇ ਆ ਕੇ ਪਰਫੋਰਮ ਨਹੀਂ ਕਰਦੀ, ਲੇਡੀਜ਼ ਮੈਨੂੰ ਬੁਲਾਉਂਦੀਆਂ ਤਾਂ ਮੈਂ ਨੀਚੇ ਚਲ ਜਾਂਦੀ ਹੁੰਦੀ ਹਾਂ, ਅਤੇ ਜੈਂਟਸ ਤੁਸੀਂ ਸਾਰਿਆਂ ਨੇ ਡਰਿੰਕ ਕੀਤੀ ਹੋਈ ਹੈ, ਮੈਂ ਨੀਚੇ ਨਹੀਂ ਜਾਣਾ। ਫਿਰ ਮੈਂ ਮਾਈਕ ਫੜ ਕੇ ਇਹ ਗੱਲ ਕਹੀ ਉਹਨਾਂ ਨੂੰ ਕਿ ਬਈ ਦੇਖੋ ਕਿ ਇਨਸਾਨਾਂ ਵਾਂਗੂ ਗੱਲ ਕਰੋ, ਹੈ ਨਾ, ਇੱਦਾਂ ਨਾ ਕਰੋ, ਤੁਹਾਨੂੰ ਸਮਝ ਨਹੀਂ ਆਈ ਇਹ ਗੱਲ। ਅਤੇ ਇਹ ਗੱਲ ਮੈਂ ਵਾਰ ਵਾਰ ਬਹੁਤ ਕਹਿ ਚੁੱਕੀ ਹਾਂ, ਇਸ ਕਰਕੇ ਥੋੜ੍ਹਾ ਕੀ ਹੈ ਇਸ ਤਰ੍ਹਾਂ ਦਾ ਕਿਹਾ ਵੀ ਤੁਹਾਨੂੰ ਵੀ ਗੁੱਸਾ ਆ ਗਿਆ, ਉਹਨਾਂ ਨੂੰ ਵੀ ਗੁੱਸਾ ਆਇਆ, ਕੀ ਕਹਿਣਾ? ਗੁੱਸਾ ਇਹ ਆ ਗਿਆ, ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮਤਲਬ ਕਿ ਬਈ ਬੰਦਿਆਂ ਵਾਂਗੂ ਤੁਸੀਂ, ਹੈ ਨਾ, ਪਰਫੋਰਮ ਇਹ ਕਿਉਂ ਸਮਝਦੇ ਹੋ ਕਿ ਸਾਹਮਣੇ ਤੁਹਾਡੇ ਕੁੜੀ ਖੜੀ ਹੈ? ਤੁਸੀਂ ਇਹ ਕਿਉਂ ਸਮਝਦੇ? ਤੁਸੀਂ ਇਹ ਸਮਝੋ ਕਿ ਤੁਹਾਡੇ ਐਂਟਰਟੇਨਮੈਂਟ ਲਈ ਅਸੀਂ ਆਏ ਹਾਂ ਐਜ਼ ਅ ਡੰਮੀ, ਠੀਕ ਆ, ਐਂਟਰਟੇਨਮੈਂਟ ਲਈ ਐਜ਼ ਅ ਡੰਮੀ ਅਸੀਂ ਆਏ ਹਾਂ, ਤੁਸੀਂ ਜਸਟ ਵੇਖੋ, ਇੰਜੋਏ ਕਰੋ, ਹੈ ਨਾ। ਤੁਸੀਂ ਕਹਿੰਦੇ ਹੋ ਕਿ ਨਹੀਂ, ਕਿ ਤੁਸੀਂ ਤੁਹਾਨੂੰ ਤੁਸੀਂ ਪੇਮੈਂਟ ਦਿੱਤੀ ਆ, ਪੈਸੇ ਫੇਂਕ ਕੇ ਵੀ ਮੇਰੇ ਇਵੇਂ ਮਾਰਿਆ ਲਾਸਟ 'ਤੇ, ਕਿ ਤੁਸੀਂ ਮਤਲਬ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਖਰੀਦ ਲਿਆ ਜਿਵੇਂ, ਹੈ ਨਾ, ਹੈ ਨਾ, ਕਿ ਆਪਾਂ ਕਹਿੰਦੇ ਹਾਂ ਡਾਕਟਰ ਨੂੰ ਫੀਸ ਭਰਤੀ ਆ ਤਾਂ ਹੁਣ ਡਾਕਟਰ ਸਾਡਾ ਹੀ ਹੋ ਗਿਆ, ਹੈ ਨਾ, ਇਹ ਚੀਜ਼ ਉਹ ਇਹ ਸਮਝਦੇ ਆ। ਅਤੇ ਮੈਂ ਫਿਰ ਉਹਨਾਂ ਨੂੰ ਕਿਹਾ, ਉਹ ਕਹਿੰਦੇ ਕਿ ਚੱਲ ਜੇ ਨਹੀਂ ਆਉਣਾ ਨਾ, ਪਰੇ ਹੋ ਤੂੰ, ਇੱਦਾਂ ਕਹਿੰਦੇ ਆ ਮੈਨੂੰ ਸਟੇਜ ਤੋਂ ਪਰੇ ਹੋ, ਕੁੜੀਆਂ ਨੂੰ, ਕਈਆਂ ਨੂੰ ਵਿਚਾਰੀਆਂ ਨੂੰ ਕਹਿ ਦਿੰਦੇ ਅਤੇ ਕਈ ਕੁੜੀਆਂ ਚੱਲ ਵੀ ਜਾਂਦੀਆਂ ਨੇ, ਠੀਕ ਆ। ਅਤੇ ਮੈਂ ਕਿਹਾ ਕਿ ਮੈਂ ਨਹੀਂ ਜਾਣਾ, ਮੈਂ ਸਟੇਜ 'ਤੇ ਖੜੀ ਰਹੂੰਗੀ, ਮੈਂ ਨਹੀਂ ਜਾਣਾ ਸਟੇਜ 'ਤੇ। ਜਾਣੀ ਕਲੋਜ ਕਿਸ ਗੱਲ ਹੋਈ, ਕੀ ਇਹ ਦੱਸਦੀ? ਇਹੀ ਗੱਲ ਕਿ ਮੈਂ ਕਿਹਾ ਮੈਂ ਨਹੀਂ ਜਾਣਾ ਸਟੇਜ ਤੋਂ ਨੀਚੇ, ਮੈਂ ਨਹੀਂ ਜਾਣਾ। ਕਿਉਂ? ਤੂੰ ਹੁੰਦਾ ਕੌਣ ਹੈ ਮੈਨੂੰ ਕਹਿਣ ਵਾਲਾ ਕਿ ਸਟੇਜ ਤੋਂ ਨੀਚੇ ਜਾ? ਇਹ ਸਟੇਜ ਮੇਰੀ ਮੇਰੀ ਆ, ਮੈਂ ਆਰਟਿਸਟ ਹਾਂ, ਤੂੰ ਹੁੰਦਾ ਕੌਣ? ਜੇ ਮੈਂ ਫਲੋਰ 'ਤੇ ਨਹੀਂ ਆਈ ਤਾਂ ਤੂੰ ਮੈਨੂੰ ਕਹਿ ਰਿਹਾ ਅੰਦਰ ਜਾ, ਤੂੰ ਮੇਰੀ ਡਿਸਰਿਸਪੈਕਟ ਕਰ ਰਿਹਾ ਆ, ਠੀਕ ਆ। ਇਹ ਕੇਸ ਮੇਰੀ ਸੈਲਫ ਰਿਸਪੈਕਟ ਲਈ ਮੈਂ ਉਹਦੇ 'ਤੇ ਕਰਨਾ ਆ ਕਿ ਤੂੰ ਮੈਨੂੰ ਕਹਿੰਦਾ ਜਾ। ਉਸ ਤੋਂ ਬਾਅਦ ਉਹਨੇ ਲਿਆ ਕੇ ਮੇਰੇ ਗਲਾਸ ਮਾਰਿਆ, ਜੋ ਕਿ ਮੇਰੇ ਵੱਜਿਆ ਨਹੀਂ, ਠੀਕ ਆ। ਉਸ ਤੋਂ ਬਾਅਦ ਮੈਨੂੰ ਲੈ ਗਿਆ, ਫਿਰ ਮੈਂ ਗਾਲਾਂ ਗੂਲਾਂ ਕੱਢੀਆਂ ਕਾਫੀ ਉਹਨਾਂ ਨੂੰ, ਹੈ ਨਾ, ਮਤਲਬ ਜੋ ਮੇਰੀ ਲੈਂਗੁਏਜ 'ਚ ਜੋ ਮੈਨੂੰ ਆਇਆ ਉਸ ਟਾਈਮ, ਗਰਮ ਸੁਭਾਅ ਦੇ ਵਿੱਚ ਮੈਂ ਉਹਨਾਂ ਨੂੰ ਗਾਲਾਂ ਕੱਢੀਆਂ, ਹੈ ਨਾ।
ਤੇ ਚਲੋ ਫਿਰ ਕੀ ਇਹੀ ਕੇਸ ਸੀਗਾ। ਤੁਸੀਂ ਇੱਕ ਕੰਪਲੇਂਟ ਕੀਤੀ ਆ ਪੁਲਿਸ ਨੂੰ? ਹਾਂਜੀ ਹਾਂਜੀ, ਉਹਦੇ ਵਿੱਚ ਜਿਹੜੀ ਗਾਲਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਆ, ਤੁਸੀਂ ਗਾਲਾਂ ਕੱਢ ਰਹੇ, ਕੋਈ ਕੰਪਲੇਂਟ ਕੀਤੀ ਆ ਜਾਂ ਉਹਨਾਂ ਨੇ ਤੁਹਾਡੇ ਖਿਲਾਫ, ਜਾਂ ਤੁਸੀਂ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ? ਮੈਂ ਕੰਪਲੇਂਟ ਕੀਤੀ ਸੀ ਕੱਲ ਹੀ ਉਹਨਾਂ ਦੇ ਖਿਲਾਫ ਕੀਤੀ ਆ, ਹਲੇ ਕੰਪਲੇਂਟ ਕੀਤੀ ਆ। ਤੇ ਏਐਸਆਈ ਸਾਹਿਬ ਕਹਿ ਰਹੇ ਨੇ ਕਿ ਅੱਜ ਚੰਡੀਗੜ੍ਹ ਇਲੈਕਸ਼ਨਾਂ 'ਚ ਕੁਛ ਬਿਜ਼ੀ ਬੁਜ਼ੀ ਕੁਛ ਚੱਲ ਰਿਹਾ ਪਤਾ ਨਹੀਂ ਕੀ, ਤੇ ਉਹ ਉੱਧਰ ਨੇ ਤੇ ਸਰ ਆਣਗੇ ਤੇ 2-3 ਦਿਨ ਇਹ ਮਾਮਲੇ ਨੂੰ ਲੱਗ ਜਾਣੇ ਨੇ। ਤੇ ਇਹ ਨਹੀਂ ਲੱਗਦਾ ਕੋਈ ਇਹ ਵੀ ਦੱਸਿਆ ਕਿਸੇ ਪੁਲਿਸ ਵਾਲੇ ਦਾ ਗਨਮੈਨ ਸੀ ਵੀ ਪਤਾ ਲੱਗ ਰਿਹਾ, ਕੁਛ ਆਇਆ ਸੁਣਨ 'ਚ ਇਸ ਤਰ੍ਹਾਂ ਦਾ? ਨਹੀਂ ਮੈਨੂੰ ਨਹੀਂ ਪਤਾ, ਮੇਰੇ ਵਾਸਤੇ ਤਾਂ ਆਡੀਅੰਸ ਸੀਗੀ ਉਹ, ਠੀਕ ਹੈ ਨਾ। ਹੁਣ ਮੈਂ ਰੋਜ਼ ਕੰਮ ਕਰਦੀ ਹਾਂ, ਹੁਣ ਸਾਹਮਣੇ ਵਾਲਾ ਬਦਮਾਸ਼ ਆ, ਪੁਲਿਸ ਵਾਲਾ, ਵਟ ਆ, ਮੈਨੂੰ ਕੀ ਮੈਟਰ ਕਰਦਾ? ਮੇਰੇ ਵਾਸਤੇ ਤਾਂ ਇੱਕ ਬੰਦਾ ਸੀ ਜਿਹਨੇ ਮੇਰੇ ਗਲਾਸ ਮਾਰਿਆ। ਤੇ ਲੱਗਦਾ ਨਹੀਂ ਹੋਰ ਕੋਈ ਭੱਦੀ ਸ਼ਬਦਾਵਲੀ ਵੀ ਵਰਤੀ ਗਈ ਜਾਂ ਇਸ ਤੋਂ ਇਲਾਵਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ ਹਾਂਜੀ, ਤੁਸੀਂ ਉਹ ਜਿਹੜੀ ਮੈਂ ਯੂਜ਼ ਕੀਤੀ ਆ ਉਹ ਤਾਂ ਸਾਰਿਆਂ ਨੇ ਸੁਣੀ ਆ, ਜਿਹੜੀ ਉਹਨਾਂ ਨੇ ਕੀਤੀ ਆ ਉਸ ਟਾਈਮ ਤੇ ਡੀਜੇ ਚੱਲਦਾ ਪਿਆ ਸੀਗਾ, ਹੈ ਨਾ। ਜਾਂ ਤੁਸੀਂ ਮੈਨੂੰ ਕਹਿ ਦਿਓ ਕਿ ਜਾ ਤੂੰ ਪਰੇ ਜਾ, ਇੱਦਾਂ ਜਾ, ਉਹ ਵੀ ਮੈਨੂੰ ਆਪਣੇ ਆਪ 'ਚ ਡਿਸਰਿਸਪੈਕਟ ਲੱਗੀ ਇਸ ਗੱਲੋਂ ਵੀ ਮੈਂ ਨਹੀਂ ਜਾਣਾ ਯਾਰ, ਤੂੰ ਕਿਉਂ, ਜੇ ਮੈਂ ਨੀਚੇ ਨਹੀਂ ਆ ਰਹੀ ਤੂੰ ਮੈਨੂੰ ਕਹਿ ਰਿਹਾ ਨੀਚੇ ਜਾ, ਮੈਂ ਕਿਉਂ ਜਾਵਾਂ? ਫਲੋਰ 'ਤੇ ਮੈਂ ਡਾਂਸ ਕਿਉਂ ਕਰਾਂ? ਮੈਂ ਸਟੇਜ ਦੀ ਆਰਟਿਸਟ ਹਾਂ, ਮੈਂ ਸਟੇਜ 'ਤੇ ਡਾਂਸ ਕਰੂੰਗੀ। ਆਪਾਂ ਕੋਈ ਮਤਲਬ ਕਿ ਜਿਹੜੇ ਕਈ ਆਰਟਿਸਟ ਹੁੰਦੇ ਨੇ ਚੱਲ ਜਾਂਦੇ ਨੇ ਡਾਂਸ ਕਰਦੇ ਨੇ ਨੀਚੇ, ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ, ਉਹਨਾਂ ਦੀ ਆਪਦੀ ਮਰਜ਼ੀ ਉਹ ਕਰ ਲੈਂਦੇ ਨੇ, ਮੈਂ ਨਹੀਂ ਕਰਨਾ, ਇਹ ਚੀਜ਼ ਸੀਗੀ ਬਸ। ਪਹਿਲਾਂ ਵੀ ਕਦੇ ਹੋਇਆ ਇਸ ਤਰੀਕੇ ਨਾਲ ਜੇ ਕਹਿੰਦੇ ਚਾਹੁੰਦੇ ਹੋ ਜਿਸ ਤਰ੍ਹਾਂ ਹੁੰਦਾ ਕੁੜੀਆਂ ਨਾਲ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਜਾਂ ਆਰਟਿਸਟ ਨੂੰ ਸਟੇਜ ਆਰਟਿਸਟ ਨੂੰ ਇਸ ਤਰ੍ਹਾਂ ਕੀਤਾ ਜਾਂਦਾ, ਇਹਦੇ ਬਾਰੇ ਕੀ ਕਹਿੰਦੇ? ਆਰਟਿਸਟ ਨੂੰ ਸਟੇਜ ਤੋਂ ਨੀਚੇ ਬੁਲਾਇਆ ਵੀ ਜਾਂਦਾ, ਕਈ ਆਰਟਿਸਟ ਚੱਲ ਵੀ ਜਾਂਦੇ, ਉਹਨਾਂ ਦੀ ਆਪਦੀ ਖੁਸ਼ੀ ਹੁੰਦੀ ਆ, ਠੀਕ ਆ, ਉਹਨਾਂ ਦੀ ਆਪਦੀ ਖੁਸ਼ੀ ਹੁੰਦੀ ਆ, ਖੁਸ਼ੀ ਨਾਲ ਇੰਜੋਏ ਕਰਦੇ ਨੇ, ਮਸਤੀ। ਮੈਂ ਵੀ ਗਈ ਹਾਂ, ਲੇਡੀਜ਼ ਮੈਨੂੰ ਪਿਆਰ ਨਾਲ ਬੁਲਾਉਂਦੀਆਂ ਨੇ, ਮੈਂ ਵੀ ਸਟੇਜ ਤੋਂ ਨੀਚੇ ਜਾਂਦੀ ਹਾਂ, ਜਦੋਂ ਮੈਨੂੰ ਪਤਾ ਹੁੰਦਾ ਅਗਲੇ ਵਾਲੇ ਬੰਦੇ ਸ਼ਰਾਬੀ, ਮੈਂ ਉਹਨਾਂ ਦੇ ਵਿੱਚ ਕਿਉਂ ਜਾ ਕੇ? ਕੋਈ ਲੇਡੀਜ਼ ਨਹੀਂ ਉੱਥੇ ਉਸ ਟਾਈਮ ਜਦੋਂ ਲੇਡੀਜ਼ ਵੀ ਹੋਣਗੀਆਂ ਵੀ ਤੁਹਾਡੇ ਹੈਲਪ ਦੇ ਵਿੱਚ ਆਏ ਹੋਣ, ਜਾਂ ਇੰਨਾ ਝਗੜਾ ਸੀ, ਕੋਈ ਹੋਰ ਆਏ ਹੋਣ, ਜਾਂ ਤੁਹਾਡੇ ਗਰੁੱਪ ਦੇ ਮੈਂਬਰ ਆਏ ਹੋਣ? ਨਹੀਂ, ਗਰੁੱਪ ਦੇ ਮੈਂਬਰ ਤਾਂ ਸਿਰਫ਼ ਮੈਨੂੰ ਇਹ ਕਹਿ ਰਹੇ ਸੀ ਚੁੱਪ ਕਰ ਜਾ, ਆਪਾਂ ਪੇਮੈਂਟ ਲੈਣੀ ਉਹਨਾਂ ਕੋਲੋਂ, ਇੱਦਾਂ ਨਾ ਬੋਲ, ਚੁੱਪ ਕਰ ਜਾ, ਆਪਾਂ ਉਹਨਾਂ ਤੋਂ ਪੇਮੈਂਟ ਲੈਣੀ। ਮੈਂ ਇਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਕਿਹਾ ਪੇਮੈਂਟ ਤੁਸੀਂ ਛੱਡੋ, ਤੁਸੀਂ ਮੇਰੇ ਤੋਂ ਫ੍ਰੀ ਪੂਰਾ ਸੀਜ਼ਨ ਕੰਮ ਕਰਵਾ ਲਿਓ, ਲੇਕਿਨ ਮੇਰੇ ਨਾਲ ਖੜ ਤਾਂ ਜਾਓ। ਖੜਿਆ ਕੋਈ ਗਰੁੱਪ ਦਾ ਮੈਂਬਰ ਕਿ ਨਹੀਂ? ਨਹੀਂ, ਉਹ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਸੀ, ਕੋਈ ਰੋਟੀ ਖਾ ਰਿਹਾ ਸੀ, ਕੋਈ ਕੁਛ ਕਰ ਰਿਹਾ। ਹੁਣ ਕੌਣ ਤੁਹਾਡੀ ਮਦਦ ਕਰਕੇ? ਆਪ ਖੁਦ ਲੜਾਈ? ਮੈਂ ਖੁਦ ਹੀ ਕਰ ਰਹੀ ਹਾਂ, ਮੈਂ ਕੰਪਲੇਂਟ ਵੀ ਕੱਲ ਆਪਣੇ ਡਰਾਈਵਰ ਨੂੰ ਲੈ ਕੇ ਕੱਲੀ ਗਈ ਸੀ ਕਰਨ। ਤੇ ਲੱਗਦਾ ਇਨਸਾਫ ਮਿਲੂਗਾ ਜਦੋਂ ਤੁਹਾਨੂੰ ਧੱਕੇ ਖਾਣੇ ਪੈਣਗੇ? ਧੱਕੇ ਜਿੰਨੇ ਮਰਜ਼ੀ ਖਾਣੇ ਚਾਹੀਦੇ ਖਾਣੇ ਪੈਣ, ਪਰ ਮੈਂ ਉਹ ਬੰਦੇ ਨੂੰ ਸਾਹਮਣੇ ਆਪਣੀ ਅੱਖਾਂ 'ਚ ਦੇਖਣਾ ਆ, ਅੱਖਾਂ 'ਚ ਪਾ ਕੇ ਕਿ ਹਾਂ ਹੁਣ ਦੱਸ ਜਾ। ਮੈਂ ਉਹਦੇ ਮਾਨ ਨਿਹਾਨੀ ਦਾ ਕੇਸ ਕਰਨਾ ਵਾ ਕਿ ਮੈਂ ਡਾਂਸਰ ਦੇ ਅੰਦਰ ਮੇਰੀ ਇੱਕ ਇਨਸਾਨੀਅਤ ਆ ਜਿਹਨੂੰ ਤੂੰ ਹਰਟ ਕੀਤਾ ਆ, ਇਹ ਚੀਜ਼ ਆ। ਬਿਲਕੁਲ, ਤੁਸੀਂ ਦੇਖਿਆ ਇਸ ਜਿਹੜੀ ਸਿਮਰ ਲੜਕੀ ਦੇ ਨਾਲ ਜਿਹੜੇ ਭੱਦੀ ਸ਼ਬਦਾਵਲੀ ਵਰਤੀ ਗਈ ਆ, ਅਤੇ ਇਸ ਤੋਂ ਬਾਅਦ ਇੱਥੇ ਗਲਾਸ ਸੁੱਟਿਆ ਗਿਆ ਹੈਗਾ, ਜਿਸ ਨੂੰ ਲੈ ਕੇ ਇਹਨਾਂ ਨੇ ਕੰਪਲੇਂਟ ਵੀ ਕੀਤੀ ਆ। ਕੰਪਲੇਂਟ 'ਤੇ ਹਲੇ ਕੋਈ ਕਾਰਵਾਈ ਤਾਂ ਨਹੀਂ ਲੱਗਦਾ ਹੋਈ, ਲੇਕਿਨ ਪਰ ਇਹਨਾਂ ਵੱਲੋਂ ਇਹੀ ਆ ਵੀ ਬਣਦੀ ਜਿਹੜੀ ਪੁਲਿਸ ਕਾਰਵਾਈ ਕਰੇ। ਜ਼ੀ ਮੀਡੀਆ ਲਈ ਲੁਧਿਆਣਾ ਤੋਂ ਤਰਸੇਮ ਪਾਣ ਤੋਂ।